जदूरी गोडो नूं हाथ लाया, उन्होंने हाथ नहीं लाने दिता, गोडो नहीं पाड़न दिती, धक्के मार के उत्थों निकले ने। उस तों बाद अगे जिहड़ा पुलिस ने उन्हां दे चलान कट्टे 10,000 रुपया। संत बाबा जरनैल सिंह खालसा भिंडरांवाला दी तस्वीर दा चलान, इह नवां हिंदू तवि सरकारां ने नवां कानून लैके आंदा है इस देश दे विच। चाहे उह तरसूल है, चाहे उह श्री साहब है, चाहे किसे दा कोई भी निशान आ, उह तय गवर्नमेंटा नहीं करनगियां। ਇਹ ਤੁਹਾਡੀ ਪਾਰਲੀਮੈਂਟ ਨਹੀਂ ਹੈਗੀ, ਇਹ ਤੁਹਾਡੀ ਪਾਰਲੀਮੈਂਟ ਨਹੀਂ, ਇਸ ਕੰਟਰੀ ਦੀਆਂ ਸੜਕਾਂ ਨੇ। ਤੇ ਜਿਹੜੀਆਂ ਸੜਕਾਂ ਬਣਨ ਲਈ, ਜਿਹੜੀ ਸਟੇਟ ਚੱਲਣ ਲਈ ਅਸੀਂ ਮਾਰਚ ਦੀ ਤਿੱਲੀ ਤੋਂ ਲੈ ਕੇ ਤੇ ਹਰ ਚੀਜ਼ ਤੁਹਾਡੇ ਜਹਾਜ਼ਾਂ ਤੱਕ ਟੈਕਸ ਦਿੰਦੇ ਹਾਂ। ਤੇ ਸਾਡੇ ਕੌਮੀ ਯੋਧਿਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਨੂੰ ਉਤਾਰ ਕੇ ਔਰ ਸਾਡੇ ਯਾਤਰੀਆਂ ਨੂੰ ਜਲੀਲ ਕੀਤਾ ਗਿਆ ਆ। ਤੇ ਉਹਨਾਂ ਦੀ ਜਿਹੜੀ ਇਨਸਲਟ ਕੀਤੀ ਜਾਂਦੀ ਹੈ ਹਰ ਥਾਂ ਦੇ ਉੱਤੇ, ਉਹਦੇ ਲਈ ਖਾਲਸੇ ਨੇ ਆਪਣੀ ਆਵਾਜ਼ ਦਿੱਲੀ ਦੇ ਤਖ਼ਤ ਤੱਕ ਪਹੁੰਚਾਉਣ ਲਈ ਸਿੰਬੋਲਿਕ ਤੌਰ ਤੇ ਇਸ ਸੜਕ ਨੂੰ ਰੋਕਿਆ ਆ। ਕੱਲ ਦਾ ਅਸੀਂ ਨਵੇਂ ਬਣੇ ਸਟੇਟ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਇਸ ਚੀਜ਼ ਨੂੰ ਉਹਨਾਂ ਨਾਲ ਗੱਲ ਕਰਕੇ ਇਹਨੂੰ ਰੋਕਿਆ ਜਾਏ। ਸਾਡੇ ਕੇਸਰੀ ਨਿਸ਼ਾਨ ਤੇ ਸਾਡੇ ਕੌਮੀ ਯੋਧਿਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਨੂੰ ਉਤਾਰ ਕੇ ਔਰ ਸਾਡੇ ਯਾਤਰੀਆਂ ਨੂੰ ਜਲੀਲ ਕੀਤਾ ਗਿਆ ਆ। ਇਸ ਗੱਲ ਦਾ ਜਿੰਨਾ ਚਿਰ ਹਿਮਾਚਲ ਸਰਕਾਰ ਸਾਡੇ ਨਾਲ ਵਾਅਦਾ ਨਹੀਂ ਕਰਦੀ, ਉਹਨਾਂ ਚਿਰ ਇਹ ਜਿਹੜਾ ਰੋਡ ਆ ਇਹ ਨਹੀਂ ਚੱਲਣ ਦਿੱਤਾ ਜਾਊਗਾ। ਸੋ ਕਿਸੇ ਵੀ ਯਾਤਰੀ ਦੇ ਨਾਲ, ਕਿਸੇ ਵੀ ਵਹੀਕਲ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਇੱਦਾਂ ਦੀ ਨਹੀਂ ਕੀਤੀ ਜਾਊਗੀ। ਜਿਹੜੇ ਟਰੱਕਾਂ ਵਾਲੇ ਵੀਰ ਸਾਈਡ ਤੇ ਟਰੱਕ ਜਿਨ੍ਹਾਂ ਨੇ ਖੜੇ ਕੀਤੇ ਨੇ, ਉਹ ਇਸ ਹੋਟਲ ਤੋਂ ਚਾਹ ਪਾਣੀ ਪੀ ਸਕਦੇ ਨੇ, ਉਹਨਾਂ ਦਾ ਖਰਚਾ ਵੀ ਪੰਥ ਦੇ ਹੋਊਗਾ। ਤੇ ਕਿਸੇ ਬੰਦੇ ਨਾਲ ਕੋਈ ਕਿਸੇ ਕਿਸਮ ਦੀ ਕੋਈ ਬਦਤਮੀਜ਼ੀ ਨਹੀਂ ਕੀਤੀ ਜਾਊਗੀ, ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਸਾਰਿਆਂ ਨਾਲ ਸਾਡਾ ਪਿਆਰ ਹੈ, ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ। ਮੈਡੀਕਲ ਤੌਰ ਦੇ ਉੱਤੇ ਬੱਚਿਆਂ ਨੂੰ, ਬੀਬੀਆਂ ਨੂੰ ਤੇ ਜਿਹੜੀਆਂ ਬੱਸ ਯਾਤਰੂ ਨੇ ਉਹਨਾਂ ਨੂੰ ਵੀ ਅਸੀਂ ਇੱਥੋਂ ਲੰਘਣ ਦਾ ਮੌਕਾ ਦਿਆਂਗੇ। ਅਸੀਂ ਜਿਹੜੀ ਕਮਰਸ਼ਲ ਵਹੀਕਲ ਨੇ ਜਿਹੜੇ HP ਨੰਬਰ ਦੇ ਹਿਮਾਚਲ ਪ੍ਰਦੇਸ਼ ਦੇ, ਉਹ ਰੋਕੇ ਜਾਣਗੇ। ਇਹ ਹੁਣ ਸਰਕਾਰ ਦੀ ਮਰਜ਼ੀ ਆ ਕਿ ਉਹ ਸਾਨੂੰ ਕਿੰਨਾ ਚਿਰ ਇੱਥੇ ਬਿਠਾਉਂਦੀ ਆ। ਅਸੀਂ ਇੱਥੇ ਪਹੁੰਚ ਗਏ ਹਾਂ, ਇੰਨੀਆਂ ਹੀ ਬੇਨਤੀਆਂ ਨੇ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਸੀਂ ਇਸ ਜਿਹੜਾ ਜਾਮ ਨੂੰ ਜਾਰੀ ਰੱਖਾਂਗੇ। ਤੇ ਅਸੀਂ ਪੰਜਾਬ ਗੌਰਮੈਂਟ ਨੂੰ, ਪੰਜਾਬ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਹਿਮਾਚਲ ਸਰਕਾਰ ਨਾਲ ਗੱਲ ਕਰੋ। ਨਿੱਤ ਦਿਹਾੜੇ ਇਹ ਸਾਡੇ ਨਾਲ ਹੁਰਮਤੀ ਕਰਦੇ ਨੇ, ਹੁਣ ਇਹ ਤੈਅ ਕਰਨਗੇ ਕਿ ਸਾਡੇ ਝੰਡੇ ਦੇ ਵਿੱਚ ਝੰਡਾ ਕਿੰਨੇ ਫੁੱਟ ਦਾ ਹੋਊਗਾ। ਇਹ ਤੈਅ ਗੌਰਮੈਂਟਾਂ ਨਹੀਂ ਕਰਨਗੀਆਂ, ਕਿਉਂਕਿ ਕਿਸੇ ਵੀ ਧਰਮ ਦੇ ਜਿਹੜੇ ਨਿਸ਼ਾਨ ਨੇ, ਚਾਹੇ ਉਹ ਤਰਸੂਲ ਹੈ, ਚਾਹੇ ਉਹ ਸ੍ਰੀ ਸਾਹਿਬ ਹੈ, ਚਾਹੇ ਕਿਸੇ ਦਾ ਕੋਈ ਵੀ ਨਿਸ਼ਾਨ ਆ, ਉਹ ਤੈਅ ਗੌਰਮੈਂਟਾਂ ਨਹੀਂ ਕਰਨਗੀਆਂ। ਇਹ ਤੁਹਾਡੀ ਪਾਰਲੀਮੈਂਟ ਨਹੀਂ ਹੈਗੀ ਜਿੱਥੇ ਤੁਸੀਂ ਸਾਨੂੰ ਤੇਗ ਲੈ ਕੇ ਨਹੀਂ ਜਾਣ ਦਿੱਤਾ। ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾਂ ਨੂੰ ਤੇਗ ਲੈ ਕੇ ਤੁਸੀਂ ਨਹੀਂ ਜਾਣ ਦਿੱਤਾ। ਇਹ ਤੁਹਾਡੀ ਪਾਰਲੀਮੈਂਟ ਨਹੀਂ, ਇਸ ਕੰਟਰੀ ਦੀਆਂ ਸੜਕਾਂ ਨੇ। ਤੇ ਜਿਹੜੀਆਂ ਸੜਕਾਂ ਬਣਨ ਲਈ, ਜਿਹੜੀ ਸਟੇਟ ਚੱਲਣ ਲਈ ਅਸੀਂ ਮਾਰਚ ਦੀ ਤਿੱਲੀ ਤੋਂ ਲੈ ਕੇ ਤੇ ਹਰ ਚੀਜ਼ ਤੁਹਾਡੇ ਜਹਾਜ਼ਾਂ ਤੱਕ ਟੈਕਸ ਦਿੰਦੇ ਹਾਂ। ਅਸੀਂ ਗਾਵਾਂ ਰੱਖੀਏ ਜਾਂ ਨਾ ਰੱਖੀਏ, ਪਰ ਅਸੀਂ ਉਹਦਾ ਟੈਕਸ ਦਿੰਦੇ ਹਾਂ। ਰੋਡ ਟੈਕਸ ਅਲੱਗ, ਟੋਲ ਟੈਕਸ ਅਲੱਗ, ਸਾਡੇ ਟੈਕਸ ਦੇ ਨਾਲ ਤੁਹਾਡਾ ਸਾਰਾ ਕੁਝ ਚੱਲਦਾ ਆ। ਤੇ ਫੇਰ ਸਾਡੇ ਨਾਲ ਵਿਤਕਰਾ ਕਿਉਂ, ਸਾਡੇ ਯਾਤਰੀਆਂ ਨਾਲ ਵਿਤਕਰਾ ਕਿਉਂ? ਇੰਨੀਆਂ ਹੀ ਗੱਲਾਂ ਨੇ ਬਸ, ਅਸੀਂ ਸਿੰਬੋਲਿਕ ਤੌਰ ਤੇ ਗੱਲ ਕਰਨੀ ਸੀ, ਕਿਉਂਕਿ ਇੱਥੇ ਅਸੀਂ ਏਡਾ ਵੱਡਾ ਕੋਈ ਪ੍ਰਚਾਰ ਜਾਂ ਇੱਦਾਂ ਦੀ ਸਟੇਜ ਨਹੀਂ ਹੈਗੀ। ਸਿਰਫ ਅਸੀਂ ਚਾਹਾਂਗੇ ਕਿ ਜਿਹੜੇ ਯਾਤਰੂ ਨੇ ਜਿਹੜੇ ਆ ਰਹੇ ਨੇ, ਉਹ ਸਾਡੇ ਇਹਦੇ ਵਿੱਚ ਹਿੱਸਾ ਲੈ ਸਕਦੇ ਨੇ, ਕਿਉਂਕਿ ਉਹਨਾਂ ਯਾਤਰੂਆਂ ਲਈ ਇਹ ਅਸੀਂ ਖੜੇ ਹਾਂ। ਮਾਝੇ ਦੇ ਕੁਝ ਨੌਜਵਾਨਾਂ ਦੀ ਬੇਇੱਜ਼ਤੀ ਤਾਂ ਕੀਤੀ ਗਈ ਆ, ਝੰਡੇ ਖੋਲ ਗਏ ਨੇ, ਸਾਡੇ ਯੋਧਿਆਂ ਦੀਆਂ ਫੋਟੋਆਂ ਲਾਈਆਂ ਗਈਆਂ ਨੇ। ਸੋ ਤਖ਼ਤ ਅਕਾਲ ਤਖ਼ਤ ਦੇ ਮੌਜੂਦਾ ਜਿਹੜੇ ਜਥੇਦਾਰ ਨੇ, ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਅੱਜ ਤਖ਼ਤ ਕੇਸਗੜ੍ਹ ਸਾਹਿਬ ਤੋਂ ਇੱਕ ਸੰਗਤ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਹੈ ਕਿ ਸਾਡੇ ਯੋਧਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੀ ਹੁਰਮਤੀ ਕੀਤੀ ਗਈ ਆ, ਔਰ ਸਾਡੇ ਨਿਸ਼ਾਨ ਖੋਏ ਗਏ ਨੇ, ਕੌਮ ਜਾ ਕੇ ਇਹ ਉਹਨਾਂ ਨੇ ਹੋਕਾ ਦਿੱਤਾ ਆ। ਸੋ ਅਸੀਂ ਉਸੇ ਆਧਾਰ ਦੇ ਉੱਤੇ ਜਥੇਦਾਰ ਸਾਹਿਬ ਦੀ ਜਿਹੜੀ ਗੱਲਬਾਤ ਆ ਉਹ, ਤੇ ਉਸ ਤੋਂ ਪਹਿਲਾਂ ਵੀ ਅਸੀਂ ਕੌਮ ਨੂੰ ਜਿਹੜਾ ਦੱਸਣਾ ਚਾਹੁੰਦੇ ਆ ਕਿ ਕੌਮੀ ਯੋਧੇ ਦੀਪ ਸਿੱਧੂ ਨੂੰ
ਜਿਹੜਾ ਇਹਨਾਂ ਨੇ ਕਤਲ ਕੀਤਾ ਹਕੂਮਤਾਂ ਨੇ ਤੇ ਉਸ ਯੋਧੇ ਦੀਆਂ ਤਸਵੀਰਾਂ ਮੋਟਰਸਾਈਕਲਾਂ ਉੱਤੋਂ ਪਾੜੀਆਂ ਗਈਆਂ ਇਸ ਗੱਲ ਦੇ ਸਾਡੇ ਕੋਲ ਗਵਾਹ ਨੇ ਤੇ ਸਾਡੇ ਨਾਲ ਰਾਤੀ ਉਹਨਾਂ ਦੀ ਗੱਲ ਹੋਈ ਆ ਅੱਧੀ ਤਸਵੀਰ ਪਾਟੀ ਹੋਈ ਆ ਪਰ ਮੈਂ ਮਾਝੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਅੱਗੇ ਮੇਰਾ ਸਿਰ ਝੁਕਦਾ ਹੈ ਉਹਨੇ ਕਿਹਾ ਅਸੀਂ ਬਾਹ ਵੱਢ ਦਾਂਗੇ ਜੇ ਦੀਪ ਸਿੱਧੂ ਦੀ ਫੋਟੋ ਨੂੰ ਹੱਥ ਲਾਇਆ ਉਹਨਾਂ ਨੇ ਹੱਥ ਨਹੀਂ ਲਾਣ ਦਿੱਤਾ ਫੋਟੋ ਨਹੀਂ ਪਾੜਨ ਦਿੱਤੀ ਧੱਕੇ ਮਾਰ ਕੇ ਉੱਥੋਂ ਨਿਕਲੇ ਨੇ ਉਸ ਤੋਂ ਬਾਅਦ ਅੱਗੇ ਜਿਹੜਾ ਪੁਲਿਸ ਨੇ ਉਹਨਾਂ ਦੇ ਚਲਾਨ ਕੱਟੇ 10,000 ਰੁਪਇਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਚਲਾਨ ਇਹ ਨਵਾਂ ਹਿੰਦੂ ਤਵੀ ਸਰਕਾਰਾਂ ਨੇ ਨਵਾਂ ਕਾਨੂੰਨ ਲੈ ਕੇ ਆਉਂਦਾ ਇਸ ਦੇਸ਼ ਦੇ ਵਿੱਚ ਕਿ ਤੁਸੀਂ ਯੋਧਿਆਂ ਦੀਆਂ ਫੋਟੋਆਂ ਲਾ ਕੇ ਚੱਲੋਗੇ ਆਪਣੇ ਨਿਸ਼ਾਨ ਲੈ ਕੇ ਜਾਓਗੇ ਮੋਟਰਸਾਈਕਲਾਂ ਦੇ ਉੱਤੇ ਸਾਡੇ ਨੌਜਵਾਨ ਆਪਣੇ ਗੁਰਧਾਮਾਂ ਦੀ ਯਾਤਰਾ ਕਰਨਗੇ ਤੇ ਟੈਕਸ ਦੇ ਕੇ ਜਾਣਗੇ ਜਜ਼ੀਰਾ ਲਾ ਦਿੱਤਾ ਆ ਮੁਗਲਾਂ ਤੋਂ ਬਾਅਦ ਹਿੰਦ ਹਕੂਮਤਾਂ ਨੇ ਪੰਥ ਦੇ ਉੱਤੇ ਜਜ਼ੀਰਾ ਲਾਉਣ ਦੀ ਪਹਿਲ ਕੀਤੀ ਆ ਦੀਪ ਸਿੱਧੂ ਕੌਮੀ ਯੋਧੇ ਦੀ ਫੋਟੋ ਦੇ ਉੱਤੇ 10,000 ਰੁਪਏ ਦਾ ਚਲਾਨ ਕੱਟਿਆ ਗਿਆ ਆ ਇਸੇ ਤਰ੍ਹਾਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਉੱਤੇ 10,000 ਰੁਪਏ ਦਾ ਚਲਾਨ ਕੀਤਾ ਗਿਆ ਜਿੱਥੇ ਸਾਨੂੰ ਅਫਸੋਸ ਹੈ ਸਰਕਾਰਾਂ ਤੇ ਉੱਥੇ ਸਾਨੂੰ ਮਾਣ ਵੀ ਮਹਿਸੂਸ ਹੋਇਆ ਕਿ ਸਾਡੇ ਯੋਧਿਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਵੈਰੀ ਨੂੰ ਡਰਾਉਂਦੀਆਂ ਨੇ ਵੈਰੀ ਉਹਨਾਂ ਤਸਵੀਰਾਂ ਤੋਂ ਖੌਫ ਜਦਾ ਆ ਹਿੰਦ ਹਕੂਮਤ ਕਿਉਂ ਤਸਵੀਰਾਂ ਦੇ ਮਗਰ ਪਈ ਆ ਸੰਵਿਧਾਨਿਕ ਤੌਰ ਤੇ ਕਾਨੂੰਨ ਪਾਸ ਕਰਾਉਣ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਇਸ ਦੇਸ਼ ਵਿੱਚ ਤਸਵੀਰ ਨਹੀਂ ਲੱਗੂਗੀ ਫਿਰ ਅਸੀਂ ਫੈਸਲਾ ਕਰਾਂਗੇ ਅਸੀਂ ਕੀ ਕਰਨਾ ਆ ਦੀਪ ਸਿੱਧੂ ਦੀ ਤਸਵੀਰ ਦੇ ਉੱਤੇ ਕਾਨੂੰਨ ਬਣਾ ਲੈਣ ਫਿਰ ਅਸੀਂ ਫੈਸਲਾ ਕਰਾਂਗੇ ਜੇ ਤੁਹਾਨੂੰ ਸਾਡੇ ਚਿੰਨ੍ਹਾਂ ਤੋਂ ਸਾਡੀਆਂ ਤਸਵੀਰਾਂ ਤੋਂ ਇੰਨੀ ਜ਼ਿਆਦਾ ਪ੍ਰੋਬਲਮ ਆ ਤੇ ਫਿਰ ਸਾਨੂੰ ਮਗਰੋਂ ਕਿਉਂ ਨਹੀਂ ਲਾ ਦਿੰਦੇ ਸਾਡਾ ਰਾਜ ਸਾਨੂੰ ਦੇ ਦਿਓ ਅਸੀਂ ਤੁਹਾਡੇ ਰਾਜਾਂ ਦੇ ਵਿੱਚ ਨਹੀਂ ਆਵਾਂਗੇ ਸੋ ਰਹੀ ਗੱਲ ਪਹਾੜਾਂ ਵਾਲਿਓ ਸਾਡਾ ਕੁੱਲੂ ਜਾਇਆ ਬਿਨਾਂ ਬਿਲਕੁਲ ਸਰਦਾ ਆ ਪਰ ਤੁਹਾਡਾ ਥੱਲੇ ਆਇਆ ਬਿਨਾਂ ਨਹੀਂ ਸਰਨਾ ਪਰਲੇ ਪਾਸੇ ਚੀਨ ਆ ਤੇ ਇਧਰਲੇ ਪਾਸੇ ਪੰਜਾਬ ਆ ਲੰਘ ਕੇ ਪੰਜਾਬ ਚ ਹੀ ਜਾਣਾ ਮਿੱਤਰੋ ਪਰ ਫੇਰ ਵੀ ਅਸੀਂ ਹਰ ਧਰਮ ਦੇ ਯਾਤਰੀਆਂ ਦਾ ਚਾਹੇ ਉਹ ਜੈਨ ਧਰਮ ਹੋਏ ਚਾਹੇ ਉਹ ਇਸਲਾਮ ਧਰਮ ਹੋਏ ਚਾਹੇ ਉਹ ਹਿੰਦੂ ਧਰਮ ਹੋਏ ਚਾਹੇ ਉਹ ਕ੍ਰਿਸਚਨ ਹੋਣ ਅਸੀਂ ਸਾਰਿਆਂ ਦਾ ਸਨਮਾਨ ਕੀਤਾ ਆ ਅਸੀਂ ਸਾਰਿਆਂ ਦੇ ਰਸੂਲ ਚਿੰਨ ਕਾਵਲ ਜੋ ਵੀ ਲੈ ਕੇ ਲੰਘਣ ਵੱਡੀਆਂ ਡਾਂਗਾਂ ਦੇ ਉੱਤੇ ਉਹ ਬੰਨ ਕੇ ਆਪਣਾ ਜਲ ਜਾਣ ਉਹ ਗੰਗਾ ਨੂੰ ਜਾਣ ਉਹ ਗੰਗੋਤਰੀ ਨੂੰ ਜਾਣ ਅਸੀਂ ਕਦੀ ਵੀ ਕਿਸੇ ਦਾ ਵਿਰੋਧ ਨਹੀਂ ਕੀਤਾ ਫਿਰ ਸਾਡਾ ਵਿਰੋਧ ਕਿਉਂ ਸਾਡਾ ਸਵਾਲ ਇੰਨਾ ਹੀ ਹੈ ਸੋ ਇੰਨੀਆਂ ਹੀ ਬੇਨਤੀਆਂ ਕਰਦਾ ਖਿਮਾ ਦੇ ਜਾਜਕਾਂ ਅੱਗੇ ਜਿਵੇਂ ਵੀ ਪ੍ਰੋਗਰਾਮ ਹੋਇਆ ਅਸੀਂ ਕੌਮ ਦੇ ਨਾਲ ਸਾਰੀ ਗੱਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ